ਜਿੱਥੇ ਜੂਨੀਅਰ ਸੀਨੀਅਰ ਟੀਮਾਂ ਸਾਰੀਆਂ ਜਿਹੜੀਆਂ ਇੱਥੇ ਪਰਫੋਰਮ ਕਰ ਰਹੀਆਂ ਨੇ ਇੱਕ ਪਲੇਟਫਾਰਮ 'ਤੇ। ਸੋ ਬਹੁਤ ਵਧੀਆ ਲੱਗ ਰਿਹਾ ਜੀ ਵੀ ਅਸੀਂ ਕਿਵੇਂ ਛੋਟੀਆਂ ਛੋਟੀਆਂ ਪਿੰਡਾਂ ਦੀਆਂ ਸਟੇਜਾਂ ਤੋਂ ਫਿਰ ਵੱਡੇ ਸ਼ਹਿਰਾਂ 'ਚ ਫਿਰ ਯੂਨੀਵਰਸਿਟੀਆਂ 'ਚ ਹੈ ਨਾ ਗਏ, ਅਤੇ ਸਾਨੂੰ ਸੀਗਾ ਵੀ ਆਪਾਂ ਜਿਹੜੇ ਮੁਕਾਮ 'ਤੇ ਬੈਠੇ ਹਾਂ ਅੱਜ ਸਾਡੇ ਨਿਆਣੇ ਇਸ ਪਲੈਟਫਾਰਮ ਤੋਂ ਸ਼ੁਰੂ ਕਰਨ 'ਤੇ ਇਹਨਾਂ ਦੀ ਜ਼ਿੰਦਗੀ ਦਾ ਸਾਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਣਾ ਅਤੇ ਦੇਖ ਕੇ ਪਤਾ ਲੱਗਦਾ ਕਿ ਇਹ ਬੱਚਿਆਂ ਆਉਣ ਵਾਲੀ ਜਨਰੇਸ਼ਨ ਨੂੰ, ਮੈਨੂੰ ਲੱਗਦਾ ਕਿ ਬੱਚਿਆਂ ਦੇ ਲਈ ਬਹੁਤ ਹੀ ਸੋਹਣਾ ਉਪਰਾਲਾ ਕਰਕੇ ਮੰਮਾ ਦਾ ਗੁਰਵਿੰਦਰ ਕੌਰ ਅਤੇ ਪਾਪਾ ਦਾ ਜਸਵਿੰਦਰ ਵਾਲਾ। ਪਾਪਾ ਮੰਮੀ ਨੂੰ ਕੀ ਕਹਿ ਕੇ ਬੁਲਾਉਂਦੇ ਨੇ ਉਹ ਦੱਸੋ? ਮੈਡਮ ਮੈਂ ਲਾਹੌਰ ਲੁੱਟਿਆ, ਮੈਂ ਪਿਸ਼ੌਰ ਲੁੱਟਿਆ, ਮਜਾ ਮਾਲਵਾ ਦੋ ਬਾਬਾ ਸਾਰਾ ਪੱਟ ਸੁੱਟਿਆ। ਮੈਂ ਆਡੀਓ ਅਤੇ ਲਾਈਵ ਦੋ ਪਰਫਾਰਮੈਂਸਿਸ ਵਿੱਚ ਪਾਰਟੀਸਪੇਟ ਕਰ ਰਹੀ ਹਾਂ, ਬਹੁਤ ਹੀ ਵਧੀਆ ਲੱਗ ਰਿਹਾ ਹੈ ਆਪਣੇ ਸੱਭਿਆਚਾਰ ਨਾਲ ਜੋੜ ਕੇ। ਪਿਆਰੇ ਪੰਜਾਬੀਓ, ਅੱਜ ਬ੍ਰਿਸਬਨ ਦੇ ਵਿੱਚ ਆਸਟ੍ਰੇਲੀਆ ਦੇ ਇਤਿਹਾਸ ਦਾ ਪਹਿਲਾ ਗਿੱਧਾ ਕੱਪ ਹੋਣ ਜਾ ਰਿਹਾ, ਕਿਉਂਕਿ ਲੰਬੇ ਸਮੇਂ ਤੋਂ ਪ੍ਰਵਾਸ ਕਰਦੇ ਪੰਜਾਬੀ ਇੱਥੇ ਭੰਗੜੇ ਦੇ ਗਿੱਧੇ ਸਿਖਾਉਂਦੇ ਆ ਰਹੇ ਨੇ, ਪਰ ਬੱਚਿਆਂ ਦੇ ਵਾਸਤੇ ਕੋਈ ਗਿੱਧੇ ਦਾ ਕੱਪ ਨਹੀਂ ਸੀ ਹੋਇਆ। ਸੋ ਪਹਿਲੀ ਵਾਰ ਆਸਟ੍ਰੇਲੀਆ ਦੇ ਵਿੱਚ ਇਹ ਵਿਸ਼ਵ ਪੱਧਰ ਦਾ ਜਿਹੜਾ ਗਿੱਧਾ ਕੱਪ ਹੋਣ ਜਾ ਰਿਹਾ, ਇਸ ਦੇ ਵਿੱਚ ਆਸਟ੍ਰੇਲੀਆ ਤੋਂ ਇਲਾਵਾ ਨਿਊਜ਼ੀਲੈਂਡ ਦੀਆਂ ਜਿਹੜੀ ਟੀਮਾਂ ਨੇ ਉਹ ਵੀ ਸ਼ਾਮਿਲ ਹੋਈਆਂ ਨੇ। ਔਰ ਸਭ ਤੋਂ ਵੱਡੀ ਗੱਲ ਕਿ ਇਸ ਦੇ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ, ਕਲਚਰ ਨਾਲ ਕੰਮ ਕਰਨ ਵਾਲੀਆਂ ਵੱਡੀਆਂ ਹਸਤੀਆਂ ਅਮਨ ਨੂਰੀ ਜੀ, ਸਰਜੀਤ ਮਾਂਗੜ ਜੀ, ਪਾਲ ਸਿੰਘ ਸਮਾਓ, ਪ੍ਰੋਫੈਸਰ ਰਵੀ ਗਿੱਲ ਸਮੇਤ ਬਹੁਤ ਸਾਰੇ ਨਾਮਵਰ ਜਿਹੜੇ ਚਿਹਰੇ ਨੇ ਉਹ ਇਸ ਦੇ ਸ਼ਾਮਿਲ ਕੀਤੇ ਨੇ। ਔਰ ਸਪੈਸ਼ਲ ਤੌਰ 'ਤੇ ਇਸ ਦੇ ਵਿੱਚ ਤਿੰਨ ਕੈਟਾਗਰੀਆਂ ਜਿਹੜੀਆਂ ਨੇ, ਮਿਊਜ਼ਿਕ ਕੈਟਾਗਰੀ ਦੇ ਵਿੱਚ ਤਿੰਨ ਏਜ ਗਰੁੱਪ ਨੇ ਅਤੇ ਦੋ ਏਜ ਗਰੁੱਪ ਜਿਹੜੇ ਨੇ ਉਹ ਸਾਡੇ ਲਾਈਵ ਗਿੱਧੇ ਦੇ ਵਿੱਚ ਜਿਹੜਾ ਸਾਡਾ ਮੌਲਿਕ ਗਿੱਧਾ ਹੈ ਉਸ ਦੇ ਵਿੱਚ ਰੱਖੇ ਨੇ। ਔਰ ਜੱਜਮੈਂਟ ਦੇ ਵਾਸਤੇ ਸਭ ਤੋਂ ਵਧੀਆ ਗੱਲ ਹੈ ਕਿ ਜੱਜਮੈਂਟ ਬਹੁਤ ਜ਼ਿਆਦਾ ਇਮਾਨਦਾਰੀ ਦੇ ਨਾਲ ਔਰ ਸੀਕ੍ਰੇਟ ਪ੍ਰਣਾਲੀ ਤਹਿਤ ਤੈਅ ਕੀਤੀ ਗਈ ਹੈ। ਟੀਮਾਂ ਨੂੰ ਬਕਾਇਦਾ ਜਿਹੜੇ ਨੇ ਕੋਡ ਦਿੱਤੇ ਗਏ ਨੇ ਤਾਂ ਕਿ ਜੱਜਾਂ ਦੇ ਉੱਤੇ ਕਿਸੇ ਕਿਸਮ ਦਾ ਪ੍ਰਭਾਵ ਨਾ ਪਵੇ, ਔਰ ਉਹ ਜਿਹੜੀ ਜੱਜਮੈਂਟ ਸ਼ੀਟਸ ਨੇ ਉਹ ਉਹਨਾਂ ਦੇ ਵਾਸਤੇ ਸਪੈਸ਼ਲ ਕੋਆਰਡੀਨੇਟਰ ਨਿਯੁਕਤ ਕੀਤੇ ਨੇ ਜਿਹੜੇ ਕਿ ਲਾਸਟ ਦੇ ਵਿੱਚ ਜਿਹੜਾ ਸਾਰੇ ਡਾਟੇ ਨੂੰ ਕੰਸੋਲੀਡੇਟ ਕਰਕੇ ਫਿਰ ਸ਼ੀਟ ਤਿਆਰ ਕਰਨਗੇ ਅਤੇ ਸਾਰੇ ਬੱਚੇ ਜਿਹੜੇ ਪਾਰਟੀਸਪੈਂਟ ਨੇ ਉਹਨਾਂ ਦੇ ਵਾਸਤੇ ਟਰੋਫੀਜ਼, ਉਹਨਾਂ ਦੇ ਵਾਸਤੇ ਮੈਡਲ ਅਤੇ ਸਰਟੀਫਿਕੇਟ ਬਣਾਏ ਨੇ, ਕਿਉਂਕਿ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਗਿੱਧੇ ਵਿੱਚ ਆਏ ਨੇ ਔਰ ਇਸ ਗਿੱਧੇ ਕੱਪ ਨੇ ਇਸ ਦੇਸ਼ ਦੇ ਵਿੱਚ ਵੱਡੇ ਪੱਧਰ 'ਤੇ ਜਿਹੜੀ ਹੈ ਗਿੱਧੇ ਦੀ ਪਨੀਰੀ ਪੈਦਾ ਕਰ ਦੇਣੀ ਹੈ। ਔਰ ਆਉਣ ਵਾਲੇ ਸਮੇਂ ਦੇ ਵਿੱਚ ਬ੍ਰਿਸਬਨ 'ਚ ਨਹੀਂ ਪੂਰੇ ਆਸਟ੍ਰੇਲੀਆ ਨਿਊਜ਼ੀਲੈਂਡ ਦੇ ਵਿੱਚ ਬਹੁਤ ਸਾਰੀਆਂ ਟੀਮਾਂ ਜਿਹੜੀਆਂ ਉਹ ਪੈਦਾ ਹੋਣਗੀਆਂ, ਸਾਡਾ ਸੱਭਿਆਚਾਰ, ਸਾਡਾ ਵਿਰਸਾ ਜਿਹੜਾ ਹੈ ਉਸ ਦੇਸ਼ ਦੇ ਵਿੱਚ ਪ੍ਰਫੁੱਲਤ ਹੋਵੇਗਾ। ਅਤੇ ਅਸੀਂ ਚਾਹੁੰਦੇ ਹਾਂ ਕਿ ਪ੍ਰਵਾਸ 'ਚ ਰਹਿੰਦੇ ਹਾਂ ਸਾਡੇ ਬੱਚੇ ਜਿਹੜੇ ਆ ਸਾਡੇ ਲੋਕ ਨਾਚ ਦੇ ਨਾਲ, ਗਿੱਧੇ ਨਾਲ, ਭੰਗੜੇ ਨਾਲ ਅਤੇ ਸਾਡੇ ਸੱਭਿਆਚਾਰ ਨਾਲ, ਸਾਡੇ ਵਿਰਸੇ ਨਾਲ ਜੁੜਨ। ਸੋ ਸਾਡੀ ਇਹ ਕੋਸ਼ਿਸ਼ ਜਿਹੜੀ ਹੈ ਇਸ ਨੂੰ ਹੁੰਗਾਰਾ ਦੇਣ ਦੇ ਵਾਸਤੇ ਇਹ ਸ਼ਹਿਰ ਦੇ ਵਿੱਚ ਜਿਹੜੇ ਸਪੋਂਸਰ ਨੇ
ਜਿਹੜੇ ਦਾਨ ਕਰਨ ਵਾਲੇ ਲੋਕ ਨੇ ਉਹਨਾਂ ਵੱਡੇ ਪੱਧਰ 'ਤੇ ਸਾਡੀ ਸਪੋਰਟ ਕੀਤੀ ਹੈ ਔਰ ਇਸ ਦੇ ਬਾਅਦ ਸਾਨੂੰ ਦਿਲ ਖੋਲ੍ਹ ਕੇ ਪੂਰਾ ਜਿਹੜਾ ਦਾਨ ਹੈ ਸ਼ਹਿਰ ਦੇ ਵਿੱਚ ਮਿਲਿਆ ਔਰ ਇੱਕ ਸਫਲ ਈਵੈਂਟ ਜਿਹੜੀ ਹੈ ਤਕਰੀਬਨ $60,000 ਦਾ ਬਜਟ ਜਿਹੜਾ ਇਸ ਗਿੱਧੇ ਕੱਪ ਦਾ ਔਰ 10,000 ਅਸੀਂ ਨਗਦ ਇਨਾਮ ਬੱਚਿਆਂ ਵਾਸਤੇ ਰੱਖੇ ਨੇ ਸੋ ਇੰਨਾ ਵੱਡਾ ਜਿਹੜਾ ਕੁੰਭ ਹੈ ਨਾਚ ਦਾ ਇਹ ਸੰਭਵ ਨਹੀਂ ਸੀ ਜੇ ਸ਼ਹਿਰ ਦੇ ਵੱਡੇ ਨਾਮਵਰ ਅਦਾਰੇ ਜਿਹੜੇ ਨੇ ਜਿਹਨਾਂ ਵਿੱਚ ਗ੍ਰਿਫਿਨ ਕਾਲਜ ਅਤੇ ਕੈਡ ਅਕਾਊਂਟਿੰਗ ਸਮੇਤ ਬਹੁਤ ਸਾਰੀਆਂ ਐਸੀਆਂ ਸੰਸਥਾਵਾਂ ਨੇ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਹੈ ਔਰ ਇਹ ਪੂਰਾ ਸੋਲਡ ਆਊਟ ਸ਼ੋਅ ਜਿਹੜਾ ਹੈ 705 ਸੀਟਾਂ ਇਸ ਹਾਲ ਦੀਆਂ ਪੂਰੀਆਂ ਸੋਲਡ ਆਊਟ ਗਈਆਂ ਨੇ ਅਤੇ ਬਾਹਰ ਲੋਕਾਂ ਦੀਆਂ ਲਾਈਨਾਂ ਖੜੀਆਂ ਨੇ ਜਿਹੜੀਆਂ ਕਿ ਆਉਣੇ ਸਨ ਗਿੱਧੇ ਕੱਪ ਦੇ ਵਿੱਚ ਸੋ ਇਸ ਸਫਲ ਈਵੈਂਟ ਦੇ ਵਾਸਤੇ ਅਸੀਂ ਸਾਰੇ ਸ਼ਹਿਰ ਦਾ ਅਤੇ ਆਉਣ ਵਾਲੀਆਂ ਜਿੰਨੀਆਂ ਸ਼ਖਸੀਅਤਾਂ ਇੱਥੇ ਹਾਜ਼ਰ ਹੋਈਆਂ ਨੇ ਉਹਨਾਂ ਸਾਰਿਆਂ ਦਾ ਸਾਰੇ ਸਾਥ ਦੇਣ ਵਾਲੀਆਂ ਸੰਸਥਾਵਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ। ਖਿੱਚ ਪ੍ਰੀਤੋ ਤਿਆਰੀ ਨੀ ਪਾ ਚੁੱਤੀ ਢਿੱਲੇ ਤਾਰੀ ਨੀ ਸਿਰ 'ਤੇ ਲੈ ਸੂਹੀ ਫੁਲਕਾਰੀ ਨੀ ਕੰਮ ਕਾਰ ਨੀ ਮੁੱਕਣੇ ਅੜੀਏ ਛੱਡ ਝਮੇਲੇ ਨੂੰ ਚੱਲ ਨੀ ਸਖੀਏ ਚੱਲੀਏ ਨੀ ਗਿੱਧਾ ਕੱਪ ਵੇਖਣੇ ਨੂੰ। ਅੱਜ ਬਹੁਤ ਹੀ ਖੂਬਸੂਰਤ ਗਿੱਧਾ ਕੱਪ ਹੋਇਆ ਆਸਟ੍ਰੇਲੀਆ ਦੇ ਇਤਿਹਾਸ ਦੇ ਵਿੱਚ ਇੱਕ ਮੀਲ ਪੱਥਰ ਸਾਬਿਤ ਹੋ ਗਿਆ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਗਿਆ। ਜਿੰਨੇ ਵੀ ਲੋਕ ਆਏ ਅੱਜ ਆਏ ਨੇ ਉਹ ਇਸ ਇਤਿਹਾਸਿਕ ਮੁਬਾਰਕ ਪਲਾਂ ਦੇ ਗਵਾਹ ਬਣੇ ਨੇ ਔਰ ਸਾਡੇ ਔਰਗੇਨਾਈਜ਼ਰਸ ਨੇ ਇੱਥੇ ਪੰਜਾਬ ਜੇ PFD ਦੇ ਸਾਡੀ ਔਰਗੇਨਾਈਜੇਸ਼ਨ ਨੇ ਰਾਜਦੀਪ ਲਾਲੀ ਜੀ ਮਲਕੀਤ ਧਾਲੀਵਾਲ ਜੀ ਜੋ ਕਿ ਪੰਜਾਬੀ ਮਾਂ ਬੋਲੀ ਦੇ ਸੱਚੇ ਸਪੂਤ ਨੇ ਪੰਜਾਬੀ ਕਮਿਊਨਿਟੀ ਦੇ ਲਈ ਹਮੇਸ਼ਾ ਹੀ ਪਹਿਰਾ ਦਿੰਦੇ ਨੇ ਡਟ ਕੇ ਆਓ ਉਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਵੀਰ ਮਲਕੀਤ ਧਾਲੀਵਾਲ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਅਤੇ 7 Seas ਚੈਨਲ ਔਲਵੇਜ਼ ਜਿਹੜਾ ਕਮਿਊਨਿਟੀ ਦੇ ਈਵੈਂਟ ਜਿਹੜਾ ਨਾਲ ਖੜ੍ਹਦਾ ਰਿਹਾ ਔਲਵੇਜ਼ ਜਿਹੜਾ ਪ੍ਰਮੋਟ ਕਰਦਾ ਹਰ ਈਵੈਂਟ ਨੂੰ ਸੋ ਬਹੁਤ ਬਹੁਤ ਧੰਨਵਾਦ 7 Seas ਦਾ ਕਿ ਉਹ ਸਾਡੇ ਅੱਜ ਇੱਥੇ ਪਹੁੰਚੇ ਨੇ ਜਿੱਥੇ ਗਿੱਧਾ ਕੱਪ ਕਰਾ ਰਹੇ ਸਾਰੇ ਰਲ ਕੇ ਸੋ ਬਹੁਤ ਜ਼ਿਆਦਾ ਉਤਸ਼ਾਹ ਸਾਰੇ ਲੋਕਾਂ ਵਿੱਚ ਪਾਇਆ ਜਾ ਰਿਹਾ ਜਿੱਥੇ ਜੂਨੀਅਰ ਸੀਨੀਅਰ ਟੀਮਾਂ ਸਾਰੀਆਂ ਜਿਹਦੀਆਂ ਇੱਥੇ ਪਰਫੋਰਮ ਕਰ ਰਹੀਆਂ ਨੇ ਇੱਕ ਪਲੇਟਫਾਰਮ 'ਤੇ ਸੋ ਬਹੁਤ ਵਧੀਆ ਲੱਗ ਰਿਹਾ ਜੀ ਬਹੁਤ ਵਧੀਆ ਜੀ। ਹਾਂਜੀ ਇਸ ਤੋਂ ਬਾਅਦ ਸਾਡੇ ਨਾਲ ਨੇ ਸਾਡੇ ਵੀਰ ਚੜ੍ਹਦੇ ਸੂਰਜ ਦੀ ਲਾਲੀ ਵਰਗੇ ਨੇ ਸਾਡੇ ਵੀਰ ਰਾਜਦੀਪ ਲਾਲੀ ਜੋ ਕਿ ਖੁਦ ਇੱਕ ਬਹੁਤ ਹੀ ਮਾਇਨਾਜ਼ ਫਨਕਾਰ ਨੇ ਬਹੁਤ ਅੱਛਾ ਗਾਉਂਦੇ ਨੇ ਇਹਨਾਂ ਦੇ ਫਰਜ਼ੰਦ ਵੀ ਬਹੁਤ ਹੀ ਵਧੀਆ ਅੱਜ ਕੱਲ੍ਹ ਯੰਗ ਜਨਰੇਸ਼ਨ ਉਹਨਾਂ ਨੂੰ ਫੋਲੋ ਕਰ ਰਹੀ ਹੈ ਇੱਕ ਟਰੈਂਡ ਦੇ ਵਿੱਚ ਨੇ ਉਹਨਾਂ ਦੇ ਗਾਣੇ ਔਰ ਅੱਜ ਇਹ ਸਾਡੇ ਨਾਲ ਆਏ ਨੇ ਔਰ ਇੱਕ ਇਸ ਜੋ PFD ਆ ਪੰਜਾਬ ਸਾਡੀ ਫੋਕ ਡਾਂਸ ਐਸੋਸੀਏਸ਼ਨ ਆ ਉਹਨਾਂ ਦੇ ਕਹਿੰਦੇ ਨੇ ਬੈਕਬੋਨ ਨੇ ਅੱਜ ਦਾ ਜੋ ਇਹ ਪ੍ਰੋਗਰਾਮ ਹੋ ਕੇ ਹਟਿਆ ਉਸ ਦੀ ਜੋ ਮੇਨ ਰੂਹੇ ਰਵਾਂ ਨੇ ਰਾਜੀ ਲਾਲੀ ਬਾਈ ਜੀ ਇਹਨਾਂ ਨੂੰ ਪੁੱਛਦੇ ਹਾਂ ਕਿ ਇਸ ਤਰ੍ਹਾਂ ਇਹ ਪ੍ਰੋਗਰਾਮ ਨੇਪਰੇ ਚੜ੍ਹਿਆ ਕੀ ਮੁਸ਼ਕਲਾਂ ਆਈਆਂ ਔਰ ਅੱਗੇ ਤੋਂ ਕੀ ਤੁਹਾਡੇ ਵਿਚਾਰ ਨੇ। ਸਤਿ ਸ਼੍ਰੀ ਅਕਾਲ ਜੀ ਜਗੇੜਾ ਸਾਹਿਬ ਅਤੇ 7 Seas ਦੀ ਸਾਰੀ ਆਡੀਅੰਸ ਅਤੇ ਸਾਰਿਆਂ ਨੂੰ ਦੇਖਣ ਵਾਲਿਆਂ ਨੂੰ ਸਾਡੇ ਵੱਲੋਂ ਨਿੱਘੀ ਜੀ ਆਇਆਂ ਇਸ ਗਿੱਧਾ ਕੱਪ ਦੀ ਸ਼ੁਰੂਆਤ ਕਰਨ ਲਈ ਤੁਹਾਡਾ ਸਾਰਿਆਂ ਦਾ ਖਾਸ ਕਰਕੇ ਬ੍ਰਿਸਬੇਨ ਦੇ ਸਾਰੀ ਜਿਹੜੇ ਆਡੀਅੰਸ ਉਹਨਾਂ ਦਾ ਬਹੁਤ ਸਾਥ ਰਿਹਾ। ਇਹਦੀ ਲੋੜ ਕਿਉਂ ਪਈ ਸਭ ਤੋਂ ਪਹਿਲਾਂ ਮੈਂ ਇਹ ਦੱਸ ਰਿਹਾ ਕਿਉਂਕਿ ਅਸੀਂ ਕਦੇ ਵੀ ਨਾ ਆਪਣੇ ਛੋਟੇ ਬੱਚਿਆਂ ਨੂੰ ਦੇਖਦੇ ਹਾਂ ਜਦੋਂ ਬਹੁਤ ਛੋਟੀਆਂ ਛੋਟੀਆਂ ਜਵਾਕ ਜਿਹੜੇ ਪਾਰਕਾਂ 'ਚ ਗਿੱਧਾ ਪਾਉਂਦੇ ਆ ਹੈ ਨਾ ਜਾਂ ਭੈਣਾਂ ਸਾਡੀਆਂ ਘਰਾਂ 'ਚ ਰਿਹਰਸਲ ਕਰਾਉਂਦੀਆਂ ਹੈ ਨਾ ਸਾਨੂੰ ਸੀਗਾ ਵੀ ਇਹਨਾਂ ਨੂੰ ਆਪਾਂ ਇੱਕ ਵੱਡੇ ਮੰਚ 'ਤੇ ਲੈ ਕੇ ਜਾਈਏ ਕਿਉਂਕਿ ਜਦੋਂ ਅਸੀਂ ਭੰਗੜੇ ਦੀ ਸ਼ੁਰੂਆਤ ਕੀਤੀ ਆਪਣੇ ਬਚਪਨ 'ਚ ਸਾਨੂੰ ਉਹ ਅਜੇ ਤੱਕ ਉਹ ਦਿਨ ਯਾਦ ਨੇ ਬਈ ਅਸੀਂ ਕਿਵੇਂ ਛੋਟੀਆਂ ਛੋਟੀਆਂ ਪਿੰਡਾਂ ਦੀਆਂ ਸਟੇਜਾਂ ਤੋਂ ਫਿਰ ਵੱਡੇ ਸ਼ਹਿਰਾਂ 'ਚ ਫਿਰ ਯੂਨੀਵਰਸਿਟੀਆਂ 'ਚ ਹੈ ਨਾ ਗਏ ਅਤੇ ਸਾਨੂੰ ਸੀਗਾ ਵੀ ਆਪਾਂ ਜਿਹੜੇ ਮੁਕਾਮ 'ਤੇ ਬੈਠੇ ਹਾਂ ਅੱਜ ਸਾਡੇ ਨਿਆਣੇ ਇਸ ਪਲੈਟਫਾਰਮ ਤੋਂ ਸ਼ੁਰੂ ਕਰਨ ਅਤੇ ਇਹਨਾਂ ਦੀ ਜ਼ਿੰਦਗੀ ਦਾ ਸਾਰੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਣਾ
ਸੋ ਸਾਨੂੰ ਇਹ ਚੀਜ਼ਾਂ ਦਿਮਾਗ ਸੀਗੀਆਂ ਅਤੇ ਇਸ ਸੋਚ ਵਾਲੇ ਸਾਰੇ ਬੰਦਿਆਂ ਨੂੰ ਇੱਕ ਪਲੈਟਫਾਰਮ 'ਤੇ ਇਕੱਠੇ ਕੀਤਾ ਅਤੇ ਉਹਨਾਂ ਬੱਚੀਆਂ ਵਾਸਤੇ ਅਸੀਂ ਇਹ ਉਪਰਾਲਾ ਕਰ ਰਹੇ ਹਾਂ ਅਤੇ ਇੱਕ ਤਾਂ ਉਹ ਆਪਣੀ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣਗੇ, ਆਪਣੀਆਂ ਮਾਵਾਂ ਨਾਲ, ਭੈਣਾਂ ਨਾਲ, ਰਿਸ਼ਤਿਆਂ ਨਾਲ ਜੁੜੇ ਰਹਿਣਗੇ। ਖਾਸ ਕਰਕੇ ਜਦੋਂ ਬੱਚਾ ਲੋਕ ਨਾਚ ਨਾਲ ਜੁੜਦਾ ਉਹਦੀ ਜ਼ਿੰਦਗੀ ਦਾ ਬਾਕੀ ਰਸਤਾ ਵੀ ਜਿਹੜਾ ਵਧੀਆ ਹੋ ਜਾਂਦਾ ਹੈ ਨਾ। ਉਹਨੂੰ ਹੁਣ ਸਾਨੂੰ ਵਧੀਆ ਲੱਗਦਾ ਜਦੋਂ ਮਾਂ ਬਾਪ ਕੋਈ ਕਹਿੰਦੇ ਨੇ, ਜਿਹੜੇ ਗਿੱਧਾ ਸਿੱਖਦੀਆਂ ਕੁੜੀਆਂ ਜਾਂ ਭੰਗੜਾ ਸਿੱਖਦੇ ਨੇ ਛੋਟੇ ਬੱਚੇ, ਉਹ ਆਪਣੇ ਮਾਂ ਪਿਓ ਨੂੰ ਸਵੇਰੇ ਉੱਠ ਕੇ ਮੱਥਾ ਟੇਕਦੇ ਆ, ਸਤਿ ਸ਼੍ਰੀ ਅਕਾਲ ਬੁਲਾਉਂਦੇ ਆ, ਹੈ ਨਾ। ਇਹ ਬਹੁਤ ਵੱਡੀਆਂ ਚੀਜ਼ਾਂ ਨੇ, ਇਹ ਸਾਨੂੰ ਕਈ ਵਾਰ ਛੋਟੀਆਂ ਲੱਗਣ ਲੱਗ ਜਾਂਦੀਆਂ ਵੀ ਜਾਂ ਕੋਈ ਗਿੱਧੇ ਦਾ ਫਿਊਚਰ ਨਹੀਂ ਜਾਂ ਭੰਗੜੇ ਦਾ ਫਿਊਚਰ ਨਹੀਂ। ਨੱਚਣਾ ਗਾਉਣਾ ਇਕੱਲਾ ਇਹੀ ਨਹੀਂ ਹੈਗਾ, ਇੰਟਰਟੇਨਮੈਂਟ, ਇਹਦੇ ਨਾਲ ਜ਼ਿੰਦਗੀ ਦੇ ਤੁਹਾਨੂੰ ਹੋਰ ਕਈ ਰਸਤੇ ਪਤਾ ਲੱਗਦੇ ਨੇ, ਹੈ ਨਾ। ਸੋ ਇਸ ਕਰਕੇ ਇਹ ਅਸੀਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਜਿਨ੍ਹਾਂ ਨੇ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ, ਸਾਡੀ ਹੈਲਪ ਕੀਤੀ, ਅਤੇ ਆਪਾਂ ਇਹਨੂੰ ਇੱਕ ਬਹੁਤ ਵਧੀਆ ਪਲੈਟਫਾਰਮ 'ਤੇ ਇੰਟਰਨੈਸ਼ਨਲ ਲੈ ਕੇ ਜਾਵਾਂਗੇ, ਇਹ ਸਾਡੀ ਸੋਚ ਹੈ। ਇਸ ਵਾਰ ਵੀ ਨਿਊਜ਼ੀਲੈਂਡ ਤੋਂ ਟੀਮ ਆਈ ਹੈ ਅਤੇ ਬ੍ਰਿਸਬੇਨ ਦੀਆਂ ਟੀਮਾਂ ਨੇ, ਅਤੇ ਸਾਰਿਆਂ ਨੂੰ ਸੱਦਾ ਹੈ ਅਤੇ ਵੀ ਇਸ ਵਧੀਆ ਪ੍ਰੋਗਰਾਮ ਨੂੰ ਨੇਪਰੇ ਚਾੜਨ 'ਚ ਸਾਡਾ ਸਾਥ ਦਿਓ। ਹਾਂਜੀ, ਜਿਵੇਂ ਕਿ ਪਤਾ ਹੀ ਅੱਜ ਆਪਾਂ PFD ਪੰਜਾਬ ਫੋਕ ਡਾਂਸ ਐਸੋਸੀਏਸ਼ਨ ਦੇ ਵੱਲੋਂ ਗਿੱਧੇ ਦਾ ਮਹਾਕੁੰਭ ਕਰਵਾਇਆ ਜਾ ਰਿਹਾ, ਜਿੱਥੇ ਕਿ ਨਾ ਸਿਰਫ ਆਸਟ੍ਰੇਲੀਆ ਦੇ, ਨਿਊਜ਼ੀਲੈਂਡ, ਬ੍ਰਿਸਬੇਨ, ਸਿਡਨੀ, ਪਰਥ ਦੇ ਦੁਨੀਆ ਜਹਾਨ ਦੀਆਂ ਟੀਮਾਂ ਆ ਰਹੀਆਂ ਨੇ। ਔਰ ਅੱਜ ਸਾਡੀਆਂ ਬੱਚੀਆਂ ਦੇਖੋ, ਨੰਨੀਆਂ ਮੁੰਨੀਆਂ ਸੱਗੀ ਫੁੱਲ ਪਹਿਰਾਵਾ, ਸਿੰਘ ਤਵੀਤੜੀਆਂ ਸਭ ਪਾ ਕੇ ਪੂਰੇ ਪੰਜਾਬੀ ਪਹਿਰਾਵੇ ਦੇ ਵਿੱਚ ਨੇ। ਆਪਾਂ ਉਹਨਾਂ ਨਾਲ ਥੋੜ੍ਹੀਆਂ ਜਿਹੀਆਂ ਗੱਲਾਂ ਕਰਦੇ ਹਾਂ ਕਿ ਕਿੱਦਾਂ ਉਹਨਾਂ ਨੂੰ ਫੀਲ ਹੋ ਰਿਹਾ ਅੱਜ। ਹਾਂਜੀ ਬੇਟਾ, ਪਹਿਲਾਂ ਤੁਹਾਡਾ ਨਾਮ ਦੱਸੋ ਜੀ। ਸ਼ੈਫੀ। ਸ਼ੈਫੀ, ਅੱਗੇ ਕੌਰ ਕੀ ਲੱਗਦਾ? ਸ਼ੈਫੀ ਕੌਰ। ਸ਼ੈਫੀ ਕੌਰ, ਵੈਰੀ ਗੁੱਡ। ਕੀ ਪਰਫਾਰਮ ਕਰ ਰਹੇ ਅੱਜ? ਗਿੱਧਾ। ਗਿੱਧਾ, ਸ਼ਾਬਾਸ਼। ਹਾਂਜੀ, ਤੁਸੀਂ? ਸਹਿਜਪ੍ਰੀਤ ਕੌਰ। ਸਹਿਜਪ੍ਰੀਤ ਕੌਰ, ਕਿਹੜਾ ਪਿੰਡ ਹੈ ਤੇਰਾ? ਚਲੋ, ਪੰਜਾਬ ਤੋਂ ਇੰਨੇ ਠੀਕ ਆ। ਹਾਂ ਵੀ, ਤੁਹਾਡਾ ਨਾਮ ਦੱਸੋ। ਰਾਇਨਾ ਮੈਦਾਨ। ਰਾਇਨਾ ਮੈਦਾਨ, ਹਾਂਜੀ। ਹਾਂਜੀ, ਤੁਸੀਂ? ਸ਼ੁਗਰੀਨ ਕੌਰ। ਕੀ ਨਾਮ ਪੂਰਾ ਦੱਸੋ? ਸ਼ੁਗਰੀਨ ਕੌਰ। ਸ਼ੁਗਰੀਨ ਕੌਰ, ਪਿੰਡ ਪਤਾ ਤੁਹਾਨੂੰ? ਹਾਂਜੀ, ਕਰਨਾਲ 'ਚ। ਓ, ਹਰਿਆਣੇ ਤੋਂ। ਵੈਰੀ ਗੁੱਡ, ਵੈਰੀ ਗੁੱਡ। ਇਹ ਜਿਹੜਾ ਪਾਇਆ ਹੋਇਆ ਤੁਸੀਂ, ਇਹਨੂੰ ਪੰਜਾਬੀ 'ਚ ਕੀ ਕਹਿੰਦੇ ਨੇ ਪਤਾ ਤੁਹਾਨੂੰ? ਕੈਂਠੇ। ਕੈਂਠੇ, ਵੈਰੀ ਗੁੱਡ, ਵੈਰੀ ਗੁੱਡ, ਠੀਕ। ਵੈਸੇ ਤਵੀਤ ਵੀ ਕਹਿੰਦੇ ਨੇ, ਜਿਹੜਾ ਸਿੰਘ ਤਵੀਤੜੀ ਉਹ ਹੈ। ਮਾਹੀ ਕੌਰ ਵਾਲਾ। ਮਾਹੀ ਕੌਰ ਵਾਲਾ, ਹਾਂਜੀ। ਇਹ ਦੱਸੋ ਵੀ ਪਿੰਡ ਕਿਹੜਾ ਤੁਹਾਡਾ ਪਹਿਲਾਂ? ਤਲਵੰਡੀ ਨਾਰ। ਦਾਦਾ ਜਾਂ ਦਾਦੀ 'ਚ ਨਾਮ ਪਤਾ?
ਠੀਕ ਹੈ, ਮੰਮੀ ਜਾਂ ਡੈਡੀ ਦਾ ਨਾਮ ਪਤਾ? ਹਾਂਜੀ ਦੱਸੋ। ਮੰਮਾ ਦਾ ਗੁਰਵਿੰਦਰ ਕੌਰ ਤੇ ਪਾਪਾ ਦਾ ਜਸਵਿੰਦਰ ਵਾਲਾ। ਪਾਪਾ ਮੰਮੀ ਨੂੰ ਕੀ ਕਹਿ ਕੇ ਬੁਲਾਉਂਦੇ ਨੇ ਉਹ ਦੱਸੋ? ਮੈਡਮ। ਵੈਰੀ ਗੁੱਡ। ਹਾਂ ਵੀ ਇਹ ਸਾਡੀ ਬੱਚੀ ਜਿਨ੍ਹਾਂ ਦੇ ਕਹਿ ਦਿੰਦੇ ਨੇ ਵਾਲਿਦ ਵੀ ਇੱਥੇ ਪੂਰਾ ਸਮਰਪਿਤ ਨੇ ਇਸ ਅੱਜ ਦੇ ਪ੍ਰੋਗਰਾਮ ਦੇ ਲਈ। ਨਾਮ ਦੱਸੋ ਪਹਿਲਾਂ ਵੀ। ਜੈਸਮੀਨ ਰੰਧਾਵਾ। ਰੰਧਾਵਾ, ਅੱਛਾ ਐਂ ਦੱਸੋ ਤੁਹਾਡੇ ਡੈਡੀ ਦਾ ਪੂਰਾ ਨਾਮ? ਗੁਰਜੀਤ ਸਿੰਘ ਰੰਧਾਵਾ। ਹੁਣ ਐਂ ਦੱਸੋ ਮੰਮੀ ਨੂੰ ਕੀ ਕਹਿ ਕੇ ਬੁਲਾਉਂਦੇ ਨੇ ਉਹ? ਦਿਲ। ਦਿਲ, ਸੱਚੀ ਉਹਦਾ ਦਿਲ ਨੇ ਫਿਰ ਉਹ? ਹਾਂ ਵੈਰੀ ਗੁੱਡ। ਅੱਛਾ ਤੁਹਾਡਾ ਪਿੰਡ ਪਤਾ ਤੁਹਾਨੂੰ? ਬਿਊਟੀਫੁਲ, ਬੜੀ ਹੀ ਇਤਿਹਾਸਿਕ ਜਗ੍ਹਾ ਤੋਂ ਆਏ ਹੋ, ਉਮੀਦ ਕਰਦਾ ਇਸ ਜਗ੍ਹਾ ਦਾ ਮੁੱਲ ਮੋੜਦੇ ਰਹੋਗੇ। ਇੰਨੇ ਪਿਆਰੇ ਬੱਚੇ ਹੋ, ਸ਼ਾਬਾਸ਼ ਤੁਹਾਡੇ। ਹਾਂ ਵੀ ਸਬਰ ਕੌਰ ਜੰਜੂ। ਸਬਰੀਤ ਕੌਰ? ਸਬਰ ਕੌਰ। ਸਬਰ ਕਿਆ? ਸਬਰ, ਪੇਸ਼ੈਂਸ। ਬਿਊਟੀਫੁਲ। ਕਿਹੜਾ ਤੁਹਾਡਾ ਕਿਹੜਾ ਏਰੀਆ ਉੱਧਰ ਪੰਜਾਬ 'ਚ? ਇੱਥੇ ਦੇ ਹੀ ਆ। ਠੀਕ ਆ, ਨਹੀਂ ਆਪਣਾ ਪਿੱਛਾ ਉੱਥੇ ਦੇ। ਮੰਮੀ ਹੋਣੇ ਕਿੱਥੇ ਦੇ ਨੇ? ਵੈਰੀ ਗੁੱਡ। ਚਲੋ ਆਹ ਸੂਟ ਪੰਜਾਬ ਤੋਂ ਮੰਗਵਾਇਆ ਕਿ ਇੱਥੇ ਲੈ ਕੇ ਆਉਂਦਾ ਸੀ? ਵੈਰੀ ਗੁੱਡ, ਵੈਰੀ ਗੁੱਡ, ਸ਼ਾਬਾਸ਼ ਤੁਹਾਡੇ। ਵਧੀਆ ਰੌਣਕਾਂ ਲਾਇਓ ਔਰ ਆਲ ਦਾ ਬੈਸਟ ਤੁਹਾਨੂੰ ਸਾਰਿਆਂ ਨੂੰ। ਠੀਕ ਹੈ ਵੀ, ਗੁੱਡ ਲੱਕ। ਹਾਂਜੀ ਯਾਰ, ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਸੀਂ ਗਿੱਧਾ ਕੱਪ 'ਤੇ ਆਏ ਹਾਂ ਜੀ ਅੱਜ। ਹਜੇ ਛੋਟੇ ਬੱਚਿਆਂ ਦੀ ਪਰਫੋਰਮੈਂਸ ਹੋਈ ਹੈ, ਬਹੁਤ ਵਧੀਆ ਲੱਗ ਰਿਹਾ। ਫੁੱਲ ਡੇ ਦਾ ਇਵੈਂਟ ਹੈਗਾ, ਵੇਟ ਕਰਾਂਗੇ, ਬਟ ਬਹੁਤ ਐਕਸਾਈਟਿਡ ਹਾਂ। ਮੇਰੀ ਬੇਟੀ ਪਾਰਟੀਸਪੇਟ ਕਰ ਰਹੀ ਹੈ 9 to 14 ਈਅਰਸ ਦੀ ਕੈਟੇਗਰੀ ਦੇ ਵਿੱਚ, ਸੋ ਆਈ ਐਮ ਰੀਅਲੀ ਰੀਅਲੀ ਐਕਸਾਈਟਿਡ। ਥੈਂਕ ਯੂ ਜੀ, ਥੈਂਕ ਯੂ, ਇਟਸ ਅ ਬਿਊਟੀਫੁਲ ਇਵੈਂਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅੱਜ ਅਸੀਂ ਪਹੁੰਚੇ ਹਾਂ ਬ੍ਰਿਸਬਿਨ ਦੇ ਪਹਿਲਾਂ ਗਿੱਧਾ ਕੱਪ ਵਿੱਚ, ਅਤੇ ਜਿੱਥੇ ਜਿਹਦੇ ਲਈ ਮੇਰੀਆਂ ਨਿੱਕੀਆਂ ਨਿੱਕੀਆਂ ਪਰੀਆਂ ਬਹੁਤ ਜ਼ਿਆਦੀਆਂ ਐਕਸਾਈਟਿਡ ਨੇ, ਕਿਉਂਕਿ ਇਹਨਾਂ ਨੇ ਕੰਪੀਟੀਸ਼ਨ ਵਿੱਚ ਹਿੱਸਾ ਲਿਆ। ਅਤੇ ਮੈਂ ਹੁਣ ਵਾਰੋ ਵਾਰੀ ਪੁੱਛਾਂਗੀ ਵੀ ਉਹਨਾਂ ਨੂੰ ਕਿੱਦਾਂ ਦਾ ਲੱਗ ਰਿਹਾ ਜਦੋਂ ਗਿੱਧਾ ਉਹਨਾਂ ਨੇ ਕਰਨਾ? ਡਰ ਤਾਂ ਨਹੀਂ ਲੱਗਦਾ? ਨਾ। ਨਹੀਂ ਜੀ, ਨਹੀਂ ਡਰ ਲੱਗਦਾ। ਗਿੱਧਾ ਨੇ ਸਾਡੇ ਹੱਡੀ ਰਚਿਆ, ਅਤੇ ਬਹੁਤ ਸੋਹਣਾ ਪਾ ਕੇ ਆਉਣਗੀਆਂ। ਗਿੱਧਾ ਬਾਜਾ ਮਾਰਦਾ ਦੀ ਟੀਮ ਵੱਲੋਂ ਗਿੱਧਾ ਕੱਪ ਵਿੱਚ ਪਰਫੋਰਮੈਂਸ ਹੋਣ ਜਾ ਰਹੀ ਹੈ, ਅਤੇ ਪਲੀਜ਼ ਹੁੰਮ ਹੁਮਾ ਕੇ ਜਿਹੜੇ ਹਜੇ ਵੀ ਘਰੇ ਬੈਠੇ ਆ ਨਾ, ਛੇਤੀ ਛੇਤੀ ਆ ਜਾਓ, ਕਿਉਂਕਿ ਆਪਾਂ ਸਾਰਿਆਂ ਨੇ ਗਿੱਧਾ ਕੱਪ ਦੇਖਣਾ। ਸਤਿ ਸ਼੍ਰੀ ਅਕਾਲ ਜੀ, ਗੁਰਦੀਪ ਕੌਰ ਘੁੰਮਣ ਵੱਲੋਂ ਬ੍ਰਿਸਬੇਨ ਦੇ ਸ਼ਹਿਰ ਦੇ ਵਿੱਚ 2024 ਪਹਿਲਾ ਗਿੱਧਾ ਕੱਪ ਹੋਣ ਜਾ ਰਿਹਾ ਹੈ। ਸਾਰੇ ਬਹੁਤ ਹੀ ਜ਼ਿਆਦਾ ਇੰਜੋਏ ਕਰ ਰਹੇ ਨੇ। ਇੱਥੇ ਗਿੱਧੇ ਦੀਆਂ, ਤਾੜੀ ਦੀਆਂ, ਅੱਡੀ ਦੀਆਂ ਧਮਾਲਾਂ ਪੈ ਰਹੀਆਂ ਨੇ। ਬਾ ਕਮਾਲ ਪਰਫੋਰਮੈਂਸਿਸ ਅਤੇ ਪੇਸ਼ਕਾਰੀਆਂ ਆਪਣੀਆਂ ਟੀਮਾਂ ਕਰ ਰਹੀਆਂ ਨੇ, ਅਤੇ ਜਿੰਨੇ ਵੀ ਔਰਗਨਾਈਜ਼ਰ ਨੇ, ਪੰਜਾਬ ਫੋਕ ਡਾਂਸ ਐਸੋਸੀਏਸ਼ਨ ਦੇ
ਪੂਰੀ ਜ਼ੋਰਦਾਰ ਮਿਹਨਤ ਕੀਤੀ ਹੋਈ ਹੈ। ਬੜਾ ਹੀ ਵਧੀਆ ਇਹ ਪ੍ਰੋਗਰਾਮ ਚੱਲ ਰਿਹਾ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਬਹੁਤ ਹੀ ਸੋਹਣਾ ਹੋ ਨਿਬੜੇਗਾ ਅਤੇ ਸਾਰੇ ਅਮਿੱਟ ਯਾਦਾਂ ਆਪਣੇ ਨਾਲ ਲੈ ਕੇ ਜਾਣਗੇ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਸਹਿਜਲਪ੍ਰੀਤ, ਬ੍ਰਿਸਬੇਨ ਭੰਗੜਾ ਫੋਕ ਬਲਾਸਟਰਸ ਤੋਂ ਹੈਗੀ ਹਾਂ ਅਤੇ ਅਸੀਂ 4 ਮਹੀਨੇ ਦੀ ਤਿਆਰੀ ਤੋਂ ਅੱਜ ਪਰਫੋਰਮ ਕਰਨ ਜਾ ਰਹੇ ਹਾਂ ਅਤੇ ਅੱਜ ਸਾਡਾ ਗਿੱਧਾ ਕੱਪ ਹੈਗਾ ਆ ਫਾਈਨਲ। ਸੋ ਮੈਂ ਲਾਹੌਰ ਲੁੱਟਿਆ, ਮੈਂ ਪਿਸ਼ੌਰ ਲੁੱਟਿਆ, ਮਜਾ ਮਾਲ ਵਾਦੋ ਵਾਬਾ ਸਾਰਾ ਪੱਟ ਸੁੱਟਿਆ, ਨੀਵੇਂ ਰਾਹੇ ਰਾਹੇ, ਨੀਵੇਂ ਰਾਹੇ ਰਾਹੇ, ਨੀਵੇਂ ਰਾਹੇ ਰਾਹੇ ਜਾਨਾ ਇੱਕ ਮਾਹੀ ਲੁੱਟਿਆ, ਨੀਵੇਂ ਹੱਸ ਕੇ, ਨੀਵੇਂ ਹੱਸ ਕੇ, ਨੀਵੇਂ ਹੱਸ ਕੇ ਤਵੀਤਾ ਵਾਲਾ ਮਾਹੀ ਲੁੱਟਿਆ, ਨੀਵੇਂ ਹੱਸ ਕੇ ਤਵੀਤਾ ਵਾਲਾ ਮਾਹੀ ਲੁੱਟਿਆ, ਨੀਵੇਂ ਹੱਸ ਕੇ ਤਵੀਤਾ ਵਾਲਾ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੇਰਾ ਨਾਮ ਹੈ ਅਮਰਜੋਤ ਜੋਤੀ ਗਰਾਇਆ ਅਤੇ ਮੇਰੇ ਨਾਲ ਖੜ੍ਹੇ ਹਨ ਪਾਸਟ ਮਿਸਿਜ਼ ਪੰਜਾਬਣ ਆਸਟ੍ਰੇਲੀਆ ਅਨੂ ਸਮਰਾ ਅਤੇ ਅਸੀਂ ਅੱਜ ਇੱਥੇ ਇਕੱਠੇ ਹੋਏ ਹਾਂ ਗਿੱਧਾ ਕੱਪ ਬ੍ਰਿਸਬੇਨ ਦੇ ਵਿੱਚ ਹਿੱਸਾ ਪਾਉਣ ਲਈ। ਅਤੇ ਸਭ ਤੋਂ ਪਹਿਲਾਂ ਤਾਂ ਵਧਾਈ ਦੇ ਪਾਤਰ ਹਨ ਪੰਜਾਬੀ ਫੋਕ ਡਾਂਸ ਕਲਚਰਲ ਐਸੋਸੀਏਸ਼ਨ ਬ੍ਰਿਸਬੇਨ ਦੀ, ਜਿਨ੍ਹਾਂ ਨੇ ਇਹ ਚੱਕਣ ਚੱਕਿਆ ਅਤੇ ਬਹੁਤ ਹੀ ਸੋਹਣਾ ਉਪਰਾਲਾ ਕਰਕੇ ਇਸ ਇਵੈਂਟ ਨੂੰ ਨੇਪਰੇ ਚਾੜਿਆ। ਅਤੇ ਉਹ ਦੇਖਦੇ ਦੇਖਦੇ ਪਤਾ ਲੱਗ ਰਿਹਾ ਹੁਣ ਜਿੱਦਾਂ ਜਿੱਦਾਂ ਅਸੀਂ ਹਿੱਸਾ ਬਣੇ ਹਾਂ ਵਿੱਚ ਥੋੜ੍ਹਾ ਜਿਹਾ ਐਮ ਸੀ ਦੀ ਜੋਬਸ ਵੀ ਸੇਵਾਵਾਂ ਜਿਹੜੀਆਂ ਆਪਣੇ ਵੱਲੋਂ ਦਿੱਤੀਆਂ ਹਨ ਅਤੇ ਦੇਖ ਕੇ ਪਤਾ ਲੱਗਦਾ ਕਿ ਇਹ ਬੱਚਿਆਂ ਆਉਣ ਵਾਲੀ ਜਨਰੇਸ਼ਨ ਨੂੰ, ਮੈਨੂੰ ਲੱਗਦਾ ਕਿ ਬੱਚਿਆਂ ਦੇ ਲਈ ਬਹੁਤ ਹੀ ਸੋਹਣਾ ਉਪਰਾਲਾ ਕਰਕੇ ਰੱਖ ਦਿੱਤਾ ਆ। ਹੁਣ ਇਟ ਇਜ਼ ਅਪ ਟੂ ਦ ਨੈਕਸਟ ਜਨਰੇਸ਼ਨ ਕਿ ਇਸ ਨੂੰ ਗਾਂਹ, ਇਸ ਲੈਗੇਸੀ ਨੂੰ ਆਪਾਂ ਗਾਂਹ ਕਿੱਦਾਂ ਲੈ ਕੇ ਜਾਣਾ। ਕੀ ਖਿਆਲ ਆ ਨੂੰ ਸਮਰਾ? ਬਹੁਤ ਵਧੀਆ ਦੀਦੀ, ਤੁਸੀਂ ਜੋ ਕੁਛ ਕਿਹਾ ਬਹੁਤ ਵਧੀਆ ਕਿਹਾ ਅਤੇ ਇਹਦੇ ਨਾਲ ਮੈਂ ਇੱਕ 2 ਲਾਈਨਾਂ ਹੋਰ ਜੋੜਨਾ ਚਾਹੂੰਗੀ। ਕਹਿੰਦੇ ਬੋਲੀ ਆਪਣੀ ਦੇ ਉੱਤੇ ਕੰਗ ਮਾਣ ਹੋਣਾ ਚਾਹੀਦਾ, ਬੋਲੇ ਜਦੋਂ ਪੰਜਾਬੀ ਤਾਂ ਪਛਾਣ ਹੋਣਾ ਚਾਹੀਦਾ, ਆਪਣੀ ਪਛਾਣ ਵਾਲਾ ਦੀਵਾਨਾ ਬੁਝਾ ਦਿਓ, ਵੇਖਿਓ ਪੰਜਾਬੀਓ, ਪੰਜਾਬੀ ਨਾ ਭੁਲਾ ਦਿਓ। ਸੋ ਜੀ ਇਸ ਕਰਕੇ ਅਸੀਂ ਇੱਥੇ ਸਾਰੇ ਇਕੱਠੇ ਹੋਏ ਹਾਂ। ਬੜਾ ਸੋਹਣਾ ਉਪਰਾਲਾ ਹੈ ਜੀ ਇਹ ਪੰਜਾਬੀ ਲੋਕ ਨਾਚ ਦਾ, ਲੋਕ ਗੀਤਾਂ ਦਾ। ਸੋ ਬਹੁਤ ਬਹੁਤ ਵਧਾਈਆਂ PFDA ਵਾਲਿਆਂ ਨੂੰ ਕਿ ਜਿਨ੍ਹਾਂ ਨੇ ਇੰਨਾ ਵਧੀਆ ਉਪਰਾਲਾ ਰਚਿਆ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਮਾਹੀ ਵੜੈਚ ਅਤੇ ਅੱਜ ਅਸੀਂ